ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸੂਬਾ ਸਰਕਾਰ ਯੋਗ ਦਿਹਾੜੇ ਨੂੰ ਪੂਰੇ ਜ਼ੋਰਾਂ ਨਾਲ ਮਨਾਏਗੀ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਯੋਗਾ ਕਰਨਾ ਬਹੁਤ ਜ਼ਰੂਰੀ ਹੈ, ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਹਨਾਂ ਚੰਡੀਗੜ੍ਹ ਵਿੱਚ ਕੀਤੀ ਇੱਕ ਖਾਸ ਗੱਲਬਾਤ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇਹ ਸਾਫ਼ ਕਰ ਦਿੱਤਾ ਕਿ ਮਾਲਵਾ ਖੇਤਰ ਦੇ ਪਾਣੀ ਦੇ ਸੈਂਪਲ ਦੀ ਰਿਪੋਰਟ ਆ ਚੁੱਕੀ ਹੈ ਅਤੇ ਉਹ ਸੈਂਪਲ ਦੀ ਰਿਪੋਰਟ ਫੇਲ ਹੋ ਚੁੱਕੀ ਹੈ ਅਤੇ ਜੋ ਕਿ ਕਾਫ਼ੀ ਚਿੰਤਾ ਦਾ ਕਾਰਨ ਹੈ, ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਕਾਫ਼ੀ ਕੜੇ ਕਦਮ ਚੱਕਣੇ ਪੈਣਗੇ। ਉਹਨਾਂ ਨੇ ਪਾਣੀ ਦੇ ਦੂਸ਼ਿਤ ਹੋਣ ਦੇ ਕਾਰਨਾਂ ਦੇ ਬਾਰੇ ਫੈਕਟਰੀਆਂ ਅਤੇ ਨਾਲਿਆਂ ਦੇ ਵਿੱਚ ਨਿਕਲਣ ਵਾਲਾ ਗੰਦਾ ਪਾਣੀ ਦੱਸਿਆ ਅਤੇ ਕਿਹਾ ਕਿ ਜਲਦ ਹੀ ਇਸ ਦਾ ਇੰਤਜ਼ਾਮ ਕੀਤਾ ਜਾਵੇਗਾ। ਤੁਸੀਂ ਪਾਣੀ ਦੀ ਗੱਲ ਕੀ ਕਰਦੇ ਹੋ? ਤੁਸੀਂ ਆਸਮਾਨ 'ਚ ਹਵਾ ਪਕੜ ਕੇ ਉਹਦੀ ਜਾਂਚ ਕਰਾ ਲਓ, ਮਿੱਟੀ ਕਿਸੇ ਕੋਨੇ 'ਚੋਂ ਚੱਕ ਕੇ ਜਾਂਚ ਕਰਾ ਲਓ। ਕਦੇ ਵਕਤ ਹੁੰਦਾ ਸੀ ਅਸੀਂ ਖੇਤਾਂ 'ਚ ਕੰਮ ਕਰਦੇ ਹੋਏ, ਅਗਰ ਕੋਈ ਔਜ਼ਾਰ ਪੈਰ ਦੇ ਵੱਜ ਜਾਂਦਾ ਤਾਂ ਮਿੱਟੀ ਪਾ ਕੇ ਜ਼ਖਮ ਠੀਕ ਹੋ ਜਾਂਦਾ ਸੀ, ਅੱਜ ਮਿੱਟੀ ਪਾ ਲਈ ਟੈਟਨਸ ਹੋ ਜਾਂਦਾ। ਯਾਨੀ ਕਿ ਦੂਸ਼ਿਤ ਵਾਤਾਵਰਨ ਸਾਡਾ ਸਾਰਾ ਹੀ ਹੋ ਗਿਆ। ਇਹਦੇ ਵਾਸਤੇ ਸਾਨੂੰ ਬੜਾ ਕੁਛ ਦੇਖਣਾ ਪਿਆ, ਸਾਨੂੰ ਆਪਣਾ ਆਪਣਾ ਆਲਾ ਦੁਆਲਾ ਅਸੀਂ ਜਦੋਂ ਤੱਕ ਸਾਰੇ ਨਹੀਂ ਸੁਧਾਰਾਂਗੇ, ਇਹ ਸਾਡਾ ਸਿਸਟਮ ਸੁਧਰ ਨਹੀਂ ਸਕਦਾ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਨਾਏ ਜਾਣ ਵਾਲੇ 350ਵੇਂ ਸਥਾਪਨਾ ਦਿਵਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾ ਆਉਣ ਤੇ ਚੱਲ ਰਹੀ ਰਾਜਨੀਤੀ ਦੇ ਚੱਲਦੇ ਹੋਏ ਉਹਨਾਂ ਨੇ ਕਾਂਗਰਸ ਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੁੰਦਾ, ਜਦਕਿ ਸੱਚਾਈ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਕਾਰਨ ਉਹਨਾਂ 'ਤੇ ਹੋਰ ਵੀ ਕਈ ਕੰਮ ਦਾ ਬੋਝ ਹੈ ਅਤੇ ਉਹਨਾਂ ਦੇ ਵੱਲੋਂ ਨਾ ਆਉਣ 'ਤੇ ਹੁਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭੇਜਿਆ ਜਾ ਰਿਹਾ ਅਤੇ ਇਸ ਵਿਵਾਦਿਤ ਬਿਆਨ ਨੂੰ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਅਗਰ ਗੁਰੂਆਂ ਵੱਲੋਂ ਕੁਰਬਾਨੀਆਂ ਨਹੀਂ ਦਿੱਤੀਆਂ ਹੁੰਦੀਆਂ ਤਾਂ ਦੇਸ਼ ਵਿੱਚ ਮੁਸਲਮਾਨ ਲੋਕ ਹੁੰਦੇ। ਵਿਰੋਧੀ ਧਿਰ ਦੀ ਗੱਲ ਕਰਦੇ, ਉਹਨਾਂ ਕੋਲ ਕੋਈ ਮੁੱਦਾ ਨਹੀਂ, ਮੁੱਦਾਹੀਨ ਹੋ ਚੁੱਕੇ ਨੇ, ਬਸ ਉਹ ਭਾਲਦੇ ਫਿਰਦੇ ਨੇ ਕਿੱਥੇ ਕਿ ਮੈਂ ਤੇਰੇ ਨਹੀਂ ਵਸਣਾ, ਕਿਉਂ ਨਹੀਂ ਵਸਣਾ, ਰੋਟੀ ਖਾਂਦੇ ਦਾੜੀ ਹਿਲਦੀ ਹੈ, ਇਹ ਸਾਰਾ ਸਿਸਟਮ ਦੇਖਦਾ। ਉਹ ਤਾਂ ਚਲੋ ਪ੍ਰਧਾਨ ਮੰਤਰੀ ਹੈ, ਉਹਨਾਂ ਨੂੰ ਸੋਕਮ ਪੈ ਸਕਦੇ, ਉਹਦੇ ਰਾਜਨਾਥ ਜੀ ਆ ਰਹੇ ਨੇ, ਰਾਜਨਾਥ ਜੀ ਔਰ ਪ੍ਰਧਾਨ ਮੰਤਰੀ ਜੀ ਕੀ ਅੰਤਰ ਕਿਆ ਹੈ? ਮਤਲਬ ਜਾਂ ਕੋਈ ਵੀ ਨਾ ਆਵੇ ਤਾਂ ਇਹ ਇਸ਼ੂ ਬਣਾਇਆ ਜਾ ਸਕਦਾ ਹੈ, ਕੋਈ ਨਹੀਂ ਆ ਰਿਹਾ ਜੀ। ਕਰਨਾਟਕਾ ਦੀ ਜੇਲ੍ਹ ਤੋਂ ਪੰਜਾਬ ਦੇ ਵਿੱਚ ਸ਼ਿਫਟ ਕੀਤੇ ਗਏ ਆਤੰਕੀ ਗੁਰਦੇਵ ਸਿੰਘ ਖਹਿਰਾ ਨੂੰ ਲੈ ਕੇ ਭਾਜਪਾ ਦੇ ਪ੍ਰਦੇਸ਼ ਅਧਿਕਸ਼ ਕਮਲ ਸ਼ਰਮਾ ਦੇ ਵੱਲੋਂ ਜਿੱਥੇ ਚਿੰਤਾ ਪ੍ਰਗਟਾਈ ਗਈ ਹੈ ਅਤੇ ਉੱਥੇ ਹੀ ਕੇਂਦਰ ਸਰਕਾਰ ਅਤੇ ਭਾਜਪਾ ਮੰਤਰੀਆਂ ਦੇ ਵੱਲੋਂ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ ਅਤੇ ਉੱਥੇ ਹੀ ਭਾਜਪਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਇਸ ਮੁੱਦੇ ਨੂੰ ਲੈ ਕੇ ਕਈ ਸਪਸ਼ਟ ਜਵਾਬ ਦਿੱਤੇ ਹੋਏ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਮੀਡੀਆ ਦੇ ਸਾਹਮਣੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਉਸ ਟਾਈਮ 'ਤੇ ਧਿਆਨ ਦੇਣ ਜਦੋਂ ਆਤੰਕਵਾਦ ਦੇ ਦੌਰਾਨ ਪੰਜਾਬ ਦੇ ਵਿੱਚ ਸੰਤਾਪ ਭੁਗਤਣਾ ਪਿਆ ਸੀ। ਅੱਜ ਕੀ ਹੈ ਕਿ ਅਸੀਂ ਸਾਡਾ ਦੇਸ਼ ਇਸ ਕਰਕੇ ਹੀ ਸੰਤਾਪ ਨਾਲ ਭੋਗ ਰਹੀ ਹੈ ਕਿ ਮੀਡੀਆ ਦੇ ਸਾਹਮਣੇ ਆ ਕੇ ਅਸੀਂ ਆਪਣੀ ਇੱਕ ਮਤਲਬ ਇੱਕ ਫੈਸ਼ਨ ਸਮਝ ਕੇ ਇੱਕ ਉੱਚੀ ਗੱਲ ਕਰਦੇ ਹਾਂ। ਲੈਣ ਦੇਣ ਨੂੰ ਕਿਸੇ ਕੋਲ ਨਹੀਂ ਹੈ, ਕੋਈ ਪੈਂਦਾ ਕਿਸੇ ਧਰਮ ਦੀ ਗੱਲ ਕਰਦਾ, ਕੋਈ ਕਿਸੇ ਧਰਮ ਦੀ ਗੱਲ ਕਰਦਾ, ਵਾਸਤਾ ਰੱਬ ਦਾ। ਨਾ ਤਾਂ ਪੱਤਰਕਾਰਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ ਔਰ ਨਾ ਕਿਸੇ ਲੀਡਰ ਨੂੰ ਇਹ ਗੱਲ ਕਰਨੀ ਚਾਹੀਦੀ ਹੈ। ਦੇਖੋ, ਦੇਸ਼ ਸਾਡਾ ਇੱਕ ਹੈਗਾ, ਜੇ ਦੇਸ਼ ਸਲਾਮਤ ਹੈ, ਹਮ ਔਰ ਤੁਮ ਸਭ ਸਲਾਮਤ ਹੈ। ਪੰਜਾਬ ਵਿੱਚ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੰਮ੍ਰਿਤਸਰ ਦੇ ਯੂਥ ਅਕਾਲੀ ਦਲ ਦੇ ਨੇਤਾ ਮੁਖਜੀਤ ਸਿੰਘ ਦਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਐਨਕਾਊਂਟਰ ਨੂੰ ਕਾਫ਼ੀ ਬੁਰਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਰਨ ਦੀ ਜ਼ਰੂਰਤ ਹੈ। ਮੈਂ ਇਹਦੀ ਨਿੰਦਾ ਕਰਦਾ, ਬਹੁਤ ਮਾੜੀ ਘਟਨਾ ਹੈ, ਬਹੁਤ ਮਾੜੀ ਗੱਲ ਹੈ, ਕਿਵੇਂ ਹੋਇਆ, ਕਿਉਂ ਹੋਇਆ, ਅਖਬਾਰ 'ਚ ਪੜ੍ਹਨ 'ਚ ਆਇਆ ਕਿ ਉਹ ਕਿਸੇ ਨੂੰ ਮਤਲਬ ਹੈ ਕੋਈ ਸੀਗਾ, ਮਤਲਬ ਗੁੰਡਾ ਸਮਝ ਲਓ ਕਹਿ ਦਿਓ ਉਹਨੂੰ, ਗੈਂਗਵਾਰ ਦੀ ਗੱਲ ਕੋਈ ਕਹਿੰਦੇ ਸੀ ਚੱਲਿਆ ਸੀ ਅਤੇ ਪੁਲਿਸ ਨੂੰ ਪਤਾ ਨਹੀਂ ਲੱਗਿਆ। ਅਤੇ ਸਾਡੇ ਦੇਖੋ, ਸਾਡਾ ਧਰਮ ਹੈ ਔਰ ਸਾਡਾ ਕਾਨੂੰਨ ਵੀ ਇਹ ਕਹਿੰਦਾ ਹੈ ਕਿ ਸਾਨੂੰ ਅਗਰ ਮਤਲਬ 10 ਇੱਕ ਦੋਸ਼ੀ ਨੂੰ ਬਚਾਉਣ ਮਤਲਬ ਬਚਾਉਣ 10 ਨਿਰਦੋਸ਼ ਜਿਹੜੇ ਨਾ ਜੀ, ਇੱਕ ਦੋਸ਼ੀ ਅਗਰ ਬਚ ਜਾਵੇ ਤਾਂ ਨਿਰਦੋਸ਼ਾਂ ਨੂੰ ਕਿਸੇ ਤਰ੍ਹਾਂ ਦੀ ਉਹ ਗੱਲ ਨਹੀਂ ਆਉਣੀ ਚਾਹੀਦੀ ਹੈ। ਕੈਮਰਾਮੈਨ ਪੰਕਜ ਸ਼ਰਮਾ ਅਤੇ ਮਨੋਜ ਰਾਠੀ ਦੇ ਨਾਲ ਹਰਲੀਨ ਕੌਰ, NIT ਨਿਊਜ਼, ਚੰਡੀਗੜ੍ਹ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।